ਅੱਜ ਆਮ ਆਦਮੀ ਪਾਰਟੀ ਦਾ ਇੱਕ ਵਫਦ ਜਿਹੜਾ ਹੈਗਾ ਗਵਰਨਰ ਸਾਹਿਬ ਨੂੰ ਅਸੀਂ ਮਿਲ ਕੇ ਆਵਾਂਗੇ ਕਿ ਪੰਜਾਬ ਦੇ ਵਿੱਚ ਜਿਹੜੇ ਬਿਜਲੀ ਦੇ ਰੇਟ ਨੇ ਪੂਰੇ ਦੇਸ਼ ਦੇ ਵਿੱਚ ਸਭ ਤੋਂ ਵੱਧ ਨੇਗੇ, ਜਿਹੜੇ ਪ੍ਰਾਈਵੇਟ ਪਲੇਅਰ ਦੇ ਨਾਲ ਪ੍ਰਾਈਵੇਟ ਕੰਪਨੀਆਂ ਦੇ ਨਾਲ ਅਕਾਲੀ ਦਲ ਬੀਜੇਪੀ ਨੇ ਐਗਰੀਮੈਂਟ ਕੀਤੇ ਸੀ, ਉਹਨਾਂ ਦੇ ਨਾਲ ਆਉਣ ਵਾਲੇ 25 ਸਾਲ ਪੰਜਾਬ ਦੇ ਲੋਕਾਂ ਉੱਪਰ ਲਗਭਗ 70,000 ਕਰੋੜ ਰੁਪਏ ਦਾ ਵਾਧੂ ਵਜਨ ਪਊਗਾ। ਉਹ ਜਿਹੜੇ ਹੈਗੇ ਨੇ ਐਗਰੀਮੈਂਟ ਰੱਦ ਕੀਤੇ ਜਾਣ, ਉਹਨਾਂ ਦਾ ਰਿਵਿਊ ਕੀਤਾ ਜਾਵੇ, ਉਹਨਾਂ ਦਾ ਆਡਿਟ ਕੀਤਾ ਜਾਵੇ, ਕਿਉਂਕਿ ਕੈਪਟਨ ਸਾਹਿਬ ਨੇ 2017 ਦੇ ਚੋਣ ਮੈਨੀਫੈਸਟੋ 'ਚ ਕਿਹਾ ਸੀਗਾ ਵੀ ਜਦੋਂ ਮੇਰੀ ਗੌਰਮੈਂਟ ਆਉਂਦੀ ਆ, ਜੇਕਰ ਮੇਰੀ ਗੌਰਮੈਂਟ ਆਉਂਦੀ ਆ ਤਾਂ ਮੈਂ ਇਹਨਾਂ ਐਗਰੀਮੈਂਟ ਦਾ ਰਿਵਿਊ ਕਰੂੰਗਾ, ਰੱਦ ਕਰੂੰਗਾ। ਪਰ ਲੇਕਿਨ ਉਹ 2.5 ਸਾਲ ਦਾ ਸਮਾਂ ਬੀਤ ਗਿਆ, ਉਹ ਲਗਭਗ ਕੋਈ ਵੀ ਐਗਰੀਮੈਂਟ ਰਿਵਿਊ ਨਹੀਂ ਕੀਤਾ, ਕੋਈ ਵੀ ਜਿਹੜਾ ਹੈਗਾ ਉਹਨਾਂ ਦਾ ਆਡਿਟ ਨਹੀਂ ਕੀਤਾ, ਕਿਸੇ ਵੀ ਐਗਰੀਮੈਂਟ ਨੂੰ ਸਕ੍ਰੈਪ ਨਹੀਂ ਕੀਤਾ, ਰੱਦ ਨਹੀਂ ਕੀਤਾ। ਉਸ ਗੱਲ ਨੂੰ ਲੈ ਕੇ ਆਮ ਆਦਮੀ ਪਾਰਟੀ ਬਿਜਲੀ ਅੰਦੋਲਨ ਸ਼ੁਰੂ ਕਰਨ ਜਾ ਰਹੀ ਹੈ। ਉਸ ਤੋਂ ਪਹਿਲਾਂ ਅਸੀਂ ਗਵਰਨਰ ਸਾਹਿਬ ਨੂੰ ਮਿਲ ਕੇ ਆਵਾਂਗੇ ਵੀ ਇਹਨਾਂ ਜਿਹੜੇ ਐਗਰੀਮੈਂਟ ਨੇ ਇਹਨੂੰ ਰੱਦ ਕੀਤਾ ਜਾਵੇ ਤਾਂ ਕਿ ਪੰਜਾਬ ਦੇ ਲੋਕ ਜਿਹੜੇ ਹੈਗੇ ਨੇ ਉਹ ਲਗਭਗ 70,000 ਕਰੋੜ ਰੁਪਏ ਦੇ ਵਾਧੂ ਵਜਨ ਤੋਂ ਬਚ ਸਕਣ, ਕਿਉਂਕਿ ਇਹ ਜਿਹੜਾ ਵਾਅਦਾ ਸੀ ਕੈਪਟਨ ਸਾਹਿਬ ਨੇ ਕੀਤਾ ਸੀਗਾ। ਇਹਨਾਂ ਜਿਹੜੇ ਐਗਰੀਮੈਂਟ ਨੇ ਇਹ ਬੜੇ ਘਾਤਕ ਐਗਰੀਮੈਂਟ ਨੇ, ਇਹਨਾਂ ਦੇ ਨਾਲ ਜਿਹੜੇ ਸਾਡੇ 3 ਪਾਵਰ ਪਲਾਂਟ ਸੀ ਉਹ ਬੰਦ ਹੋਏ ਨੇ ਪੰਜਾਬ ਸਰਕਾਰ ਦੇ, ਔਰ ਪ੍ਰਾਈਵੇਟ ਕੰਪਨੀਆਂ ਨੇ ਖੁੱਲ੍ਹ ਦਿੱਤੀ ਹੈ ਕਿ ਪੰਜਾਬ ਲੁੱਟ ਸਕੇ। ਜਿਵੇਂ ਪਹਿਲਾਂ ਬਾਦਲ ਅਤੇ ਬੀਜੇਪੀ ਨੇ ਜਿਹੜੇ ਹੈਗੇ ਨੇ ਕਮਿਸ਼ਨ ਏਜੰਟ ਬਣੇ ਹੋਏ ਸੀਗੇ, ਕਮਿਸ਼ਨ ਏਜੰਟ ਪ੍ਰਾਈਵੇਟ ਕੰਪਨੀਆਂ ਤੋਂ ਕਮਿਸ਼ਨ ਲੈਂਦੇ ਸੀ, ਉਸੇ ਤਰ੍ਹਾਂ ਜਿਹੜਾ ਹੈਗਾ ਹੁਣ ਕੈਪਟਨ ਸਾਹਿਬ ਵੀ ਉਸ ਕਮਿਸ਼ਨ 'ਚ ਭਾਈਦਾਰ ਬਣ ਗਏ, ਉਸੇ ਤਰ੍ਹਾਂ ਜਿਹੜੇ ਕੈਪਟਨ ਸਾਹਿਬ ਉਹਨਾਂ ਪ੍ਰਾਈਵੇਟ ਕੰਪਨੀਆਂ ਤੋਂ ਕਮਿਸ਼ਨ ਲੈਂਦੇ ਨੇ, ਤਾਂ ਹੀ ਅੱਜ ਉਹ ਐਗਰੀਮੈਂਟ ਰੱਦ ਨਹੀਂ ਕਰ ਰਹੇ। ਸੋ ਇਸ ਗੱਲ ਨੂੰ ਲੈ ਕੇ ਅੱਜ ਸਾਡਾ ਵਫਦ ਜਿਹੜਾ ਹੈਗਾ ਸੀਗਾ ਗਵਰਨਰ ਸਾਹਿਬ ਨੂੰ ਮਿਲ ਕੇ ਆਵਾਂਗੇ ਅਤੇ ਹੁਣ ਅਮਨ ਅਰੋੜਾ ਜੀ ਤੁਹਾਡੇ ਨਾਲ ਜਿਹੜਾ ਸ਼ੁਰੂ ਕਰ ਰਹੇ ਅੰਦੋਲਨ ਬੜਾ ਜਲਦੀ ਸ਼ੁਰੂ ਕਰਨ ਜਾ ਰਹੇ ਹਾਂ। ਅੱਜ ਅਸੀਂ ਗਵਰਨਰ ਸਾਹਿਬ ਨੂੰ ਮਿਲ ਕੇ ਆਏ, ਗਵਰਨਰ ਸਾਹਿਬ ਨੂੰ ਜਿਹੜਾ ਸਾਡੀ ਜਿਹੜੀ ਕੋਰ ਕਮੇਟੀ ਦੀ ਮੀਟਿੰਗ ਹੋਊਗੀ ਉਸ ਤੋਂ ਬਾਅਦ ਡਿਸਾਈਡ ਕਰਾਂਗੇ ਕਿਸ ਦਿਨ ਤੋਂ ਸ਼ੁਰੂ ਕਰਨਾਗੇ। ਪਰ ਲੇਕਿਨ ਜਿਹੜਾ ਪਹਿਲਾ ਫੇਜ਼ ਆ ਸਾਡਾ 24 ਤੋਂ ਲੈ ਕੇ 30 ਤਰੀਕ ਤੱਕ ਜਾਰੀ ਹੈਗਾ। 30 ਤਰੀਕ ਤੱਕ ਅਸੀਂ ਹਰੇਕ ਡਿਸਟ੍ਰਿਕਟ ਜਿਹੜੀ ਮੀਟਿੰਗ ਕਰ ਰਹੇ ਹਾਂ, ਹਲਕਾ ਵਾਈਜ਼ ਮੀਟਿੰਗ ਕਰ ਰਹੇ ਹਾਂ, ਮੀਟਿੰਗਾਂ ਜਾਰੀ ਨੇਗੀਆਂ, ਅੱਜ ਵੀ ਸਾਡੀਆਂ ਮੀਟਿੰਗਾਂ ਹੋ ਰਹੀਆਂ। ਪਰ ਅਸੀਂ ਇਸੇ ਦੇ ਦੌਰਾਨ ਅੱਜ ਅਸੀਂ ਗਵਰਨਰ ਸਾਹਿਬ ਨੂੰ ਮਿਲ ਕੇ ਆਵਾਂਗੇ, ਸਾਡਾ 30 ਤੋਂ ਬਾਅਦ ਜਿਹੜਾ ਹੈਗਾ ਨੈਕਸਟ ਅਸੀਂ ਕਿਸ ਦਿਨ ਪ੍ਰਦਰਸ਼ਨ ਸ਼ੁਰੂ ਕਰਨਾਗਾ, ਉਹ 30 ਤੋਂ ਬਾਅਦ ਦੱਸਿਆ ਜਾਊਗਾ। ਦੇਖੋ ਪੰਜਾਬ ਵਿੱਚ ਜੇਲ੍ਹਾਂ ਦੇ ਵਿੱਚ ਜਿਹੜਾ ਆਰਗੇਨਾਈਜ਼ ਕ੍ਰਾਈਮ ਹੋ ਰਿਹਾ, ਤੁਹਾਨੂੰ ਪਤਾ ਨਾਭਾ ਦੀ ਜੇਲ੍ਹ ਦੇ ਵਿੱਚ ਮਹਿੰਦਰਪਾਲ ਬਿੱਟੂ ਦਾ ਮਾਰਿਆ ਜਾਣਾ ਬਹੁਤ ਵੱਡੀ ਡੂੰਘੀ ਸਾਜ਼ਿਸ਼ ਆ, ਕਿਉਂਕਿ ਉਹ ਬਿੱਟੂ ਜਿਹੜਾ ਹੈਗਾ ਉਹ ਇੱਕ ਅਹਿਮ ਗਵਾਹ ਹੋ ਸਕਦਾ ਸੀ SIT ਦਾ, ਔਰ SIT ਦੇ ਮੈਂਬਰਾਂ ਦਾ ਬਾਰ ਬਾਰ ਇਹ ਕਹਿਣਾ ਵੀ ਸਾਡੀ ਆਪਸ 'ਚ ਲੀਕ ਕਰਨਾ, ਇਨਫੋਰਮੇਸ਼ਨ ਨੂੰ, ਇਨਵੈਸਟੀਗੇਸ਼ਨ ਨੂੰ ਲੀਕ ਕਰਨਾ, ਮੈਂ ਸਮਝਦਾ ਕਿਤੇ ਨਾ ਕਿਤੇ ਪੋਲੀਟੀਕਲ ਫਾਇਦਾ ਹੈਗਾ ਉਹ ਕੈਪਟਨ ਸਾਹਿਬ ਲੈ ਰਹੇ ਨੇ ਉਸ ਗੱਲ ਦਾ ਸਿੱਟ ਦਾ, ਔਰ ਸਿੱਟ ਕਿਸੇ ਨਤੀਜੇ 'ਤੇ ਨਹੀਂ ਪਹੁੰਚ ਰਹੀ। ਔਰ ਜੇਲ੍ਹਾਂ ਦੇ ਵਿੱਚ ਮਰਡਰ ਹੋਣਾ, ਉਸ ਤੋਂ ਬਾਅਦ ਲੁਧਿਆਣਾ ਜੇਲ੍ਹ ਦੇ ਵਿੱਚ ਇਸ ਤਰ੍ਹਾਂ ਆਪਣਾ ਤਾਂ ਬੜੀ ਮਰ ਜਾਣੀ, ਔਰ 2 ਮਰਡਰ ਹੋ ਜਾਣੇ, ਔਰ ਮੈਂ ਸਮਝਦਾ ਅਮਨ ਕਾਨੂੰਨ ਦੀ ਸਥਿਤੀ ਪੰਜਾਬ 'ਚ ਬਹੁਤ ਮਾੜੀ ਬਣੀ ਆ। ਔਰ ਪੰਜਾਬ ਦੇ ਜਿਹੜੇ ਹੋਮ ਮਿਨਿਸਟਰ ਨੇ ਕੈਪਟਨ ਸਾਹਿਬ, ਉਹਨਾਂ ਨੂੰ ਸਟੈਪ ਡਾਊਨ ਕਰਨਾ ਚਾਹੀਦਾ, ਅਸਤੀਫਾ ਦੇਣਾ ਚਾਹੀਦਾ। ਦੂਜੇ ਪਾਸੇ ਰੰਧਾਵਾ ਸਾਹਿਬ ਜਿਹੜੇ ਬਿਲਕੁਲ ਨਾਕਾਮ, ਨਖਿੱਧ ਅਤੇ ਨਿਕੰਮੇ ਮੰਤਰੀ ਸਿੱਧ ਹੋਏ ਨੇ, ਉਹਨਾਂ ਨੂੰ ਤੁਰੰਤ ਅਸਤੀਫਾ ਦੇਣਾ ਚਾਹੀਦਾ। ਰਾਹੁਲ ਗਾਂਧੀ ਦੇਖੋ ਪੰਜਾਬ ਵਿੱਚ ਜਿਹੜੇ ਪਾਵਰ ਨੂੰ ਲੈ ਕੇ ਲੜਾਈ ਬਣੀ ਹੋਈ ਹੈਗੀ, ਕੈਪਟਨ ਸਾਹਿਬ ਤੇ ਸਿੱਧੂ ਸਾਹਿਬ ਆਮਣੋ ਸਾਹਮਣੇ ਨੇ ਕਿ ਉਹਦੇ ਨਾਲ ਪੰਜਾਬ ਦੇ ਲੋਕਾਂ ਦਾ ਬਹੁਤ ਭਾਰੀ ਨੁਕਸਾਨ ਹੋ ਰਿਹਾ, ਖਾਸ ਤੌਰ ਤੇ ਬਿਜਲੀ ਸੈਕਟਰ ਦੇ ਵਿੱਚ, ਕਿਉਂਕਿ ਇਸ ਟਾਈਮ ਝੋਨੇ ਦੀ ਜਿਹੜਾ ਲਗਾਈ ਦਾ ਕੰਮ ਸ਼ੁਰੂ ਹੋਇਆ ਹੈ ਉਸ ਦੇ ਵਿੱਚ ਪਾਵਰ ਮਿਲ ਨਹੀਂ ਰਹੀ ਲੋਕਾਂ ਨੂੰ। ਪੰਜਾਬ ਦੇ ਲੋਕ ਤਰਾ ਤਰਾ ਕਰ ਰਹੇ ਨੇ, ਔਰ ਕੈਪਟਨ ਸਾਹਿਬ ਤੇ ਸਿੱਧੂ ਸਾਹਿਬ ਆਪਸੀ ਸਿੰਘ ਵਸਾਈ ਬੈਠੇ ਨੇਗੇ, ਔਰ ਲਗਾਤਾਰ ਪੰਜਾਬ ਦੇ ਲੋਕਾਂ ਦਾ ਨੁਕਸਾਨ ਹੋ ਰਿਹਾ। ਮੈਂ ਸਮਝਦਾ ਵੀ ਸਿੱਧੂ ਸਾਹਿਬ ਦੇ ਏਜੰਡੇ ਦੇ ਵੀ ਪੰਜਾਬ ਦੇ ਲੋਕ ਹੈ ਨਹੀਂ, ਸਿੱਧੂ ਸਾਹਿਬ ਵੀ ਉਹੀ ਕੰਮ ਕਰਨ ਲੱਗੇ ਜਿਹੜੇ ਕੈਪਟਨ ਸਾਹਿਬ ਕਰਦੇ ਸੀਗੇ। ਸੋ ਇਸ ਗੱਲ ਕਰਕੇ ਸਿੱਧੂ ਸਾਹਿਬ ਵੀ ਬਹੁਤ, ਮੈਂ ਸਮਝਦਾ ਵੀ ਨਿਕੰਮੇ ਮੰਤਰੀ ਸਿੱਧ ਹੋ ਰਹੇ ਨੇ। ਦੇਖੋ ਕੱਲ੍ਹ ਕੋਈ ਢਾਂਚਾ ਭੰਗ ਕਰਨ ਦੀ ਮੀਟਿੰਗ ਨਹੀਂ ਹੈਗੀ, ਕੱਲ੍ਹ ਬਿਜਲੀ ਅੰਦੋਲਨ ਲੈ ਕੇ ਸਾਡੀ ਰਿਵਿਊ ਕਮੇਟੀ ਮੀਟਿੰਗ ਹੋਣੀ ਹੈ ਦਿੱਲੀ ਦੇ ਵਿੱਚ। ਸੀਐਮ ਸਾਹਿਬ ਨੇ ਸਾਨੂੰ ਪਹਿਲਾਂ ਵੀ ਗਾਈਡਲਾਈਨ ਜਾਰੀ ਕੀਤੀਆਂ ਸੀ, ਉਸ ਗਾਈਡਲਾਈਨ ਦੇ ਤਹਿਤ ਸਾਡੀ ਮੀਟਿੰਗ ਹੈਗੀ, ਪਹਿਲੀ ਮੀਟਿੰਗ ਹੈਗੀ ਬਿਜਲੀ ਅੰਦੋਲਨ ਲੈ ਕੇ। ਕੋਈ ਕਿਸੇ ਢਾਂਚਾ ਭੰਗ ਨਹੀਂ ਹੋਣਾ, ਕੋਈ ਢਾਂਚੇ ਤੇ ਗੱਲਬਾਤ ਨਹੀਂ ਹੋ ਰਹੀ, ਪਾਰਟੀ ਦਾ ਢਾਂਚਾ ਬਿਲਕੁਲ ਬਰਕਰਾਰ ਆ, ਸਿਰਫ ਸਾਰੇ ਅਹੁਦੇਦਾਰ ਉਸੇ ਤਰ੍ਹਾਂ ਬਣੇ ਰਹਿਣਗੇ, ਸਿਰਫ ਤੇ ਸਿਰਫ ਚਰਚਾ ਹੋਣੀ ਆ ਬਿਜਲੀ ਅੰਦੋਲਨ ਲੈ ਕੇ। ਸਾਰੇ ਵਿਧਾਇਕ, ਪਾਰਟੀ ਪ੍ਰਧਾਨ, ਸਮੁੱਚੀ ਕੋਰ ਕਮੇਟੀ, ਸਾਰੇ ਜ਼ਿਲ੍ਹਿਆਂ ਦੇ ਪ੍ਰਧਾਨ ਸ਼ਾਮਲ ਹੋਣਗੇ। ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਜੋ ਹੈ ਉਸ ਪਰ ਵਿਜੀਲੈਂਸ ਜੋ ਹੈ ਉਹ ਛਾਪੇਮਾਰੀ ਕਰ ਰਹੀ ਹੈ, ਔਰ ਖਾਸ ਤੌਰ ਪਰ ਸਿੱਧੂ ਕੀ ਕਾਰਜਕਰਤਾ ਜੋ ਕੰਮ ਤੇ ਉਹਦੀ ਜਾਂਚ ਕਰ ਰਹੀ ਹੈ, ਜੈਸੇ ਗੰਜਾ ਕਸਣ ਦੀ ਕੋਸ਼ਿਸ਼ ਕੀ ਜਾ ਰਹੀ ਹੈ, ਔਰ ਇਹ ਕੀ ਨਤੀਜਾ ਇਸ ਕਹੇ ਕਿ ਜੋ ਪ੍ਰਸੰਨ ਚੱਲ ਰਹੀ ਹੈ ਮੁੱਖ ਮੰਤਰੀ ਸਾਹਿਬ ਦੇ ਸਾਥ ਪੰਗਾ ਨਹੀਂ। ਦੇਖੋ ਮੈਂ ਸਮਝਦਾ ਵੀ ਕੈਪਟਨ ਸਾਹਿਬ ਤੇ ਜਿਹੜੀ ਨਵਜੋਤ ਸਿੱਧੂ ਲੜਾਈ ਚੱਲ ਰਹੀ ਹੈ, ਉਸ ਲੜਾਈ ਦੇ ਤਹਿਤ ਕਿਤੇ ਨਾ ਕਿਤੇ ਨਵਜੋਤ ਸਿੱਧੂ ਨੂੰ ਡਰਾਉਣ ਦੀ ਗੱਲਬਾਤ ਹੋ ਰਹੀ ਹੈ, ਉਹਨੂੰ ਡਰਾ ਕੇ ਤਾਂ ਕਿ ਉਹ ਆਪਦਾ ਸੰਭਾਲ ਲੈਣ ਜਾਂ ਉਹਦਾ ਛੱਡ ਦੇਣ। ਮੈਂ ਸਮਝਦਾ ਹੀ ਹੁਣ ਨਵਜੋਤ ਸਿੱਧੂ ਨੂੰ ਦੇਖਣਾ ਵੀ ਉਹਦਾ ਛੱਡਣਾ ਜਾਂ ਉਹਦਾ ਸੰਭਾਲਣਾਗਾ, ਪਰ ਪੰਜਾਬ ਦੇ ਲੋਕ ਜਿਹੜੇ ਹੈਗੇ ਨੇ ਕਿ ਨਾ ਸਿੱਧੂ ਸਾਹਿਬ ਦੇ ਏਜੰਡੇ ਤੇ ਨੇ ਨਾ ਕੈਪਟਨ ਸਾਹਿਬ ਦੇ ਏਜੰਡੇ ਤੇ। ਚੀਮਾ ਸਾਹਿਬ ਜਿਹੜਾ ਅੰਦੋਲਨ ਤੁਸੀਂ ਸ਼ੁਰੂ ਕਰਨ ਜਾ ਰਹੇ ਹੋ ਕੀ ਰੂਪ ਕੀ? ਦੇਖੋ ਸਾਡਾ ਪਹਿਲਾ ਜਿਹੜੀ ਸਾਡੀ ਪਹਿਲਾ ਰੂਪ ਰੇਖਾ ਗਈ ਉਹ ਹੈਗੀ ਹੈ 24 ਤਰੀਕ ਤੋਂ ਲੈ ਕੇ
30 ਤਰੀਕ ਤੱਕ ਅਸੀਂ ਸਾਰੇ ਡਿਸਟ੍ਰਿਕਟ ਹੈੱਡਕੁਆਰਟਰ ਤੇ ਜਾ ਰਹੇ ਹਾਂਗੇ, ਸਾਡੇ ਜ਼ਿਲ੍ਹਾ ਪ੍ਰਧਾਨ, ਸਾਡੇ MLA ਸਾਹਿਬਾਨ ਸਾਰੇ ਡਿਊਟੀ ਲੱਗੀ ਹੋਈ ਹੈਗੀ। ਅਸੀਂ ਜਾ ਕੇ ਜਿਹੜੇ ਮੈਮੋਰੈਂਡਮ ਲੈਗੇ ਉਹ DC ਡਿਪਟੀ ਕਮਿਸ਼ਨਰ ਸੌਂਪ ਰਹੇ ਹਾਂਗੇ। ਉਸ 30 ਤਰੀਕ ਤੋਂ ਬਾਅਦ ਜਿਹੜਾ ਹੈਗਾ ਪਾਰਟੀ ਨੂੰ ਜਿੰਨੇ ਵੀ ਅਹੁਦੇਦਾਰ ਹੋਣਗੇ ਇਕੱਠੇ ਹੋ ਕੇ, ਉਸ ਤੋਂ ਬਾਅਦ ਜਿਹੜਾ ਅਸੀਂ ਲੰਬਾ ਪ੍ਰੋਗਰਾਮ ਜਿਹੜਾ ਹੈਗਾ ਅਗਲੇ ਹਫ਼ਤੇ, ਜੁਲਾਈ ਦੇ ਪਹਿਲੇ ਹਫ਼ਤੇ ਜਿਹੜਾ ਹੈਗਾ ਉਹ ਪ੍ਰੋਗਰਾਮ ਲੋਕਾਂ ਨੂੰ ਰਿਸਪੋਂਸ ਮਿਲਣਾ ਚਾਹੀਦਾ ਸੀ, ਰਿਸਪੋਂਸ ਨਹੀਂ ਮਿਲ ਪਾ ਰਿਹਾ। ਬਿਲਕੁਲ ਰਿਸਪੋਂਸ ਮਿਲ ਰਿਹਾ ਮੇਰੀ ਸੁਣ ਲਓ, ਮੇਰੀ ਗੱਲ ਦੇਖੋ ਮੇਰੀ ਗੱਲ ਸੁਣੋ, ਸਾਰੇ ਪੰਜਾਬ ਵਿੱਚ ਬਹੁਤ ਵੱਡਾ ਰਿਸਪੋਂਸ ਮਿਲ ਰਿਹਾ। ਹਜੇ ਜ਼ਿਲ੍ਹਾ ਲੈਵਲ ਦੀਆਂ ਮੀਟਿੰਗਾਂ ਨੇਗੀਆਂ, ਹਲਕਾ ਲੈਵਲ ਦੀਆਂ ਮੀਟਿੰਗਾਂ ਨੇਗੀਆਂ, ਸਾਰੇ ਅਹੁਦੇਦਾਰ ਸਾਹਿਬਾਨ ਆ ਰਹੇ ਨੇ, ਵਲੰਟੀਅਰ ਸਾਹਿਬਾਨ ਆ ਰਹੇ ਨੇ, ਸਭ ਨੂੰ ਆਰਗੇਨਾਈਜ਼ ਕਰਕੇ ਜਿਹੜਾ 30 ਤਰੀਕ ਤੋਂ ਬਾਅਦ ਸਾਡੀ ਕੋਰ ਕਮੇਟੀ ਦੀ ਮੀਟਿੰਗ ਹੋਊਗੀ, ਫਿਰ ਉਸ ਤੋਂ ਬਾਅਦ ਜਿਹੜਾ ਅਗਲਾ ਫੇਜ਼ ਹੋਊਗਾ ਬਿਜਲੀ ਅੰਦੋਲਨ ਦਾ ਉਹ ਸ਼ੁਰੂ ਕਰਾਂਗੇ। 30 ਤਰੀਕ ਤੱਕ ਜਿਹੜਾ ਹੈਗਾ ਅਸੀਂ ਆਰਗੇਨਾਈਜ਼ ਕਰਕੇ ਮੀਟਿੰਗਾਂ ਕਰਕੇ ਆਪਣੇ ਵਲੰਟੀਅਰ ਸਾਹਿਬਾਨ ਨੂੰ, ਜ਼ਿਲ੍ਹਾ ਪ੍ਰਧਾਨਾਂ ਨੂੰ, ਬਲਾਕ ਪ੍ਰਧਾਨਾਂ ਨੂੰ, ਜਿਹੜਾ ਹਲਕਾ ਇੰਚਾਰਜ ਨੂੰ, ਸਾਰਿਆਂ ਨੂੰ ਅਵੇਅਰ ਕਰ ਰਹੇ ਹਾਂ। ਬਿਲਕੁਲ ਕਰੰਟ ਨਜ਼ਰ ਆਊਗਾ, ਜੇ ਤੁਸੀਂ ਆਪਣੇ ਅਨਸ਼ਨ ਤੇ ਬੈਠਾਂਗੇ, ਜੋ ਧਰਨਿਆਂ ਤੇ ਬੈਠਾਂਗੇ ਉਦੋਂ ਨਜ਼ਰ ਆਊਗਾ। ਅਜੇ ਅਸੀਂ ਸਿਰਫ ਆਪਣੇ ਪਾਰਟੀ ਦੇ ਉਹਨਾਂ ਨੂੰ ਅਵੇਅਰ ਕਰ ਰਹੇ ਹਾਂ ਕਿ ਪਿੰਡਾਂ ਦੇ ਵਿੱਚ ਕਿਵੇਂ ਜਾਣਾ, ਸ਼ਹਿਰਾਂ ਦੇ ਵਿੱਚ ਕਿਵੇਂ ਜਾਣਾ। ਦੇਖੋ ਕੈਪਟਨ ਸਾਹਿਬ ਕੀ ਕਹਿ ਰਹੇ ਨੇ, ਕੈਪਟਨ ਸਾਹਿਬ ਫੇਲ ਹੋ ਚੁੱਕੇ ਨੇ। ਕੈਪਟਨ ਸਾਹਿਬ ਪਹਿਲਾਂ ਤਾਂ ਆਪ ਉਹਨਾਂ ਨੇ ਸਹੁੰ ਖਾਧੀ ਸੀ ਗੁਟਕਾ ਸਾਹਿਬ ਚੱਕ ਕੇ ਕਿ ਮੈਂ 4 ਹਫ਼ਤਿਆਂ ਦੇ ਵਿੱਚ ਨਸ਼ਾ ਖਤਮ ਕਰ ਦੂੰਗਾ। ਹੁਣ ਕੀ ਕਰ ਰਹੇ ਨੇ ਕੈਪਟਨ ਸਾਹਿਬ, ਹੁਣ ਲੈਟਰ ਲਿਖ ਰਹੇ ਨੇਗੇ ਹੋਮ ਮਿਨਿਸਟਰ ਨੂੰ ਵੀ ਸਾਡੇ ਨਾਲ ਨੀਤੀ ਬਣਾਓ। 2.5 ਸਾਲਾਂ 'ਚ ਕੋਈ ਨੀਤੀ ਨਹੀਂ ਬਣੀ, 2.5 ਸਾਲਾਂ 'ਚ ਅਗਲੇ ਆਉਣ ਵਾਲੇ 2.5 ਸਾਲਾਂ 'ਚ ਕੀ ਨੀਤੀ ਬਣੂਗੀ। ਸੋ ਮੈਂ ਸਮਝਦਾ ਵੀ ਕੈਪਟਨ ਸਾਹਿਬ ਡਰੱਗ ਨੂੰ ਲੈ ਕੇ, ਨਸ਼ਿਆਂ ਨੂੰ ਲੈ ਕੇ ਬਹੁਤ ਹੀ ਬੁਰੀ ਤਰ੍ਹਾਂ ਫੇਲ ਹੋਏ ਨੇਗੇ। ਉਸੇ ਤਰ੍ਹਾਂ ਨਸ਼ਾ ਜਿਹੜਾ ਪੰਜਾਬ ਵਿੱਚ ਜਾਰੂਗਾ, ਹਰ ਥਾਂ ਥਾਂ ਨਸ਼ਾ ਵਿਕ ਰਿਹਾ, ਲੋਕ ਆਪ ਮਾਰੇ ਸਾਹਮਣੇ ਆ ਰਹੇ ਨੇ। ਜਿਹੜੇ ਲੋਕ ਸਾਹਮਣੇ ਆ ਰਹੇ ਨੇਗੇ STF ਦੇ ਮੁਖੀ ਜਾਂ STF ਦੇ ਲੋਕ ਨੇਗੇ ਜਾਂ ਪੰਜਾਬ ਪੁਲਿਸ ਨੂੰ ਦਬਾ ਰਹੀ ਆ, ਉਹਨਾਂ 'ਤੇ ਅਤਿਆਚਾਰ ਕਰ ਰਹੀ ਆ, ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਿਹੜੇ ਲੋਕ ਨਸ਼ਾ ਵੇਚ ਰਹੇ ਨੇ, ਨਸ਼ਾ ਤਸਕਰ ਨੇ, ਸਰਕਾਰ ਉਹਨਾਂ ਦੀ ਮਦਦ ਕਰ ਰਹੀ ਹੈ। ਅਮਨ ਦੋਸਤੋ, ਇਸ ਤਰ੍ਹਾਂ ਕਿ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਅੱਜ ਅਸੀਂ ਗਵਰਨਰ ਸਾਹਿਬ ਨੂੰ ਮਿਲ ਕੇ ਆਏ, ਤੁਸੀਂ ਸਾਰੇ ਉਹਦਾ ਫੀਡਬੈਕ ਲੈਣ ਦੇ ਲਈ ਪਹੁੰਚੇ ਹੋ। ਆਮ ਆਦਮੀ ਪਾਰਟੀ ਬੜੇ ਲੰਮੇ ਸਮੇਂ ਤੋਂ ਬਿਜਲੀ ਅੰਦੋਲਨ ਹੈ ਜਿਹੜਾ ਉਹ ਚਲਾ ਰਹੀ ਹੈ। ਅੱਜ ਬਾਕੀ ਮਾਫੀਆਜ਼ ਦੀ ਤਰ੍ਹਾਂ ਪੰਜਾਬ ਦੇ ਵਿੱਚ ਬਿਜਲੀ ਮਾਫੀਆ ਜਿਹੜਾ ਸਰਕਾਰ ਖੁਦ ਆਪ ਚਲਾ ਰਹੀ ਹੈ, ਉਹਦੇ ਬਾਰੇ ਅਸੀਂ ਅੱਜ ਅਵਗਤ ਕਰਾ ਕੇ ਆਏ ਹਾਂ ਮਾਣਯੋਗ ਗਵਰਨਰ ਸਾਹਿਬ ਨੂੰ। ਔਰ ਤੁਹਾਨੂੰ ਮੈਂ ਦੱਸਣਾ ਚਾਹੂੰਗਾ ਕਿ ਪਿਛਲੇ ਤਕਰੀਬਨ 2005-06 ਦੇ ਵਿੱਚ ਸੈਂਟਰਲ ਇਲੈਕਟ੍ਰਿਸਿਟੀ ਅਥਾਰਟੀ ਦੇ ਅਪਰੂਵਲ ਦੇ ਨਾਲ 737 ਕਰੋੜ ਰੁਪਏ ਜਿਹੜਾ ਉਹ ਬਠਿੰਡਾ ਤੇ ਰੋਪੜ ਥਰਮਲ ਪਲਾਂਟ ਦੀ ਅਪਗ੍ਰੇਡੇਸ਼ਨ ਦੇ ਲਈ ਉਹ ਖਰਚਿਆ ਗਿਆ ਸੀਗਾ ਲੋਕਾਂ ਦੀਆਂ ਜੇਬਾਂ ਦੇ ਵਿੱਚੋਂ ਕੱਢ ਕੇ, ਜਿਨ੍ਹਾਂ ਦੀ ਮਿਆਦ 2030-31 ਤੱਕ ਪਹੁੰਚ ਗਈ ਸੀਗੀ। ਉਸ ਤੋਂ ਬਾਅਦ ਪਿਛਲੀ ਸਰਕਾਰ ਨੇ ਸੁਖਬੀਰ ਬਾਦਲ ਹੋਣਾ ਨੇ 3 ਪ੍ਰਾਈਵੇਟ ਥਰਮਲ ਪਲਾਂਟਾਂ ਦੇ ਨਾਲ ਤਲਵੰਡੀ ਸਾਬੋ, ਰਾਜਪੁਰਾ, ਗੋਇੰਦਵਾਲ ਸਾਹਿਬ ਅਜਿਹੇ ਐਗਰੀਮੈਂਟ ਕੀਤੇ ਕਿ ਜੇ ਉਹਨਾਂ ਥਰਮਲ ਪਲਾਂਟਾਂ ਤੋਂ ਇੱਕ ਵੀ ਯੂਨਿਟ ਬਿਜਲੀ ਦਾ ਪੰਜਾਬ ਸਰਕਾਰ ਨਹੀਂ ਖਰੀਦੇਗੀ ਤਾਂ 2800 ਕਰੋੜ ਰੁਪਇਆ ਸਾਲਾਨਾ ਪੰਜਾਬ ਦੇ ਲੋਕਾਂ ਦੀਆਂ ਜੇਬਾਂ ਦੇ ਵਿੱਚੋਂ ਕੱਢ ਕੇ ਉਹਨਾਂ 3 ਪ੍ਰਾਈਵੇਟ ਥਰਮਲ ਪਲਾਂਟਾਂ ਨੂੰ ਦੇਣਾ ਪਏਗਾ। 25 ਸਾਲ ਦੇ ਐਗਰੀਮੈਂਟ ਨੇ 70,000 ਕਰੋੜ ਰੁਪਇਆ ਪੰਜਾਬ ਦੇ ਲੋਕਾਂ ਦੀਆਂ ਜੇਬਾਂ ਦੇ ਵਿੱਚੋਂ ਕੱਢ ਕੇ ਸਿਰਫ ਔਰ ਸਿਰਫ ਫਿਕਸਡ ਚਾਰਜਿਸ ਦੇ ਰੂਪ ਦੇ ਵਿੱਚ ਪੰਜਾਬ ਸਰਕਾਰ ਨੇ ਇਹਨਾਂ 3 ਪ੍ਰਾਈਵੇਟ ਥਰਮਲ ਪਲਾਂਟਾਂ ਨੂੰ ਦੇਣਾ ਹੈ। ਆ ਮੇਰੇ ਕੋਲ ਗੁਰਪ੍ਰੀਤ ਕਾਂਗੜ ਜਿਹੜੇ ਕਿ ਪਹਿਲਾਂ ਬਿਜਲੀ ਮੰਤਰੀ ਸੀਗੇ, ਉਹਨਾਂ ਦਾ ਵਿਧਾਨ ਸਭਾ ਦੇ ਵਿੱਚ ਦਿੱਤਾ ਹੋਇਆ ਜਵਾਬ ਹੈ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਹਾਂ ਬਿਨਾਂ ਬਿਜਲੀ ਖਰੀਦੀ ਹੋਈ ਬਿਜਲੀ ਦਾ ਵੀ ਇਹਨਾਂ 3 ਪ੍ਰਾਈਵੇਟ ਥਰਮਲ ਪਲਾਂਟਾਂ ਨੂੰ ਪੰਜਾਬ ਦੇ ਲੋਕਾਂ ਦੇ ਦੀਆਂ ਜੇਬਾਂ ਦੇ ਵਿੱਚੋਂ ਕੱਢ ਕੇ ਲਿਖਿਆ ਕਿ ਥਰਮਲ ਪਲਾਂਟਸ ਇਨ ਲਿਊ ਆਫ ਅਨਡਰਾਉਨ ਪਾਵਰ ਫਾਰ ਦਾ ਈਅਰ 2017-18 ਇਟ ਵਿਲ ਬੀ ਰਿਕਵਰਡ ਫਰੋਮ ਕੰਜ਼ਿਊਮਰਸ। ਆਮ ਲੋਕਾਂ ਦੀਆਂ ਜੇਬਾਂ ਦੇ ਵਿੱਚੋਂ ਕੱਢ ਕੇ ਇਹਨਾਂ 3 ਪ੍ਰਾਈਵੇਟ ਥਰਮਲ ਪਲਾਂਟਾਂ ਨੂੰ ਦਿੱਤਾ ਜਾ ਰਿਹਾ। ਜਦਕਿ ਦੂਜੇ ਪਾਸੇ ਸ਼ਾਸਨ ਜਗ੍ਹਾ ਇੱਕ ਜਿੱਥੇ ਕਿ ਰਿਲਾਇੰਸ ਦਾ ਪ੍ਰਾਈਵੇਟ ਥਰਮਲ ਪਾਵਰ ਪਲਾਂਟ ਹੈ, ਉੱਥੇ ਪੰਜਾਬ ਸਰਕਾਰ ਦਿੰਦੀ ਹੈ 17 ਪੈਸੇ ਪਰ ਯੂਨਿਟ ਐਜ਼ ਫਿਕਸਡ ਚਾਰਜਿਸ, ਤੇ ਜਿਹੜੇ ਪੰਜਾਬ ਦੇ ਵਿੱਚ ਲਗਾਏ ਨੇ ਇਹਨਾਂ ਨੂੰ ਦਿੰਦੇ ਨੇ 1 ਰੁਪਏ 35 ਪੈਸੇ ਤੋਂ ਲੈ ਕੇ 2 ਰੁਪਏ ਤੱਕ, ਜਿਹੜਾ ਕਿ 70,000 ਕਰੋੜ ਬਣ ਜਾਂਦਾ ਹੈ। ਦੂਜੇ ਪਾਸੇ ਦਿੱਲੀ ਦੀ ਗਵਰਨਮੈਂਟ ਹੈ ਜਿਹੜੀ ਕਿ 1 ਵੀ ਯੂਨਿਟ ਆਪ ਨਹੀਂ ਬਣਾਉਂਦੀ ਹੈਗੀ, ਦਿੱਲੀ ਦੇ ਵਿੱਚ ਬਾਹਰਲੇ ਸੂਬਿਆਂ ਤੋਂ ਖਰੀਦ ਕੇ 91% ਲੋਕਾਂ ਨੂੰ ਬਿਜਲੀ ਹੈ ਜਿਹੜੀ ਉਹ 1 ਰੁਪਏ ਯੂਨਿਟ ਜਾਂ 2.25 ਰੁਪਏ ਯੂਨਿਟ ਦੇ ਵਿੱਚ ਦਿੰਦੀ ਹੈ, ਪਰ ਪੰਜਾਬ ਜਿਹਨੂੰ ਕਿ ਪਾਵਰ ਸਰਪਲਸ ਸਟੇਟ ਕਹਿੰਦੇ ਸੀਗੇ ਉਹਨਾਂ ਦੇ ਵਿੱਚ ਲੋਕਾਂ ਦੀ ਲੁੱਟ ਹੋ ਰਹੀ ਹੈ, ਲੋਕਾਂ ਦਾ ਚੰਮ ਲਾਇਆ ਜਾ ਰਿਹਾ। ਜੇ ਤੁਸੀਂ ਇਹਨਾਂ ਮੇਰੇ ਕੋਲ ਗੋਇੰਦਵਾਲ ਸਾਹਿਬ ਥਰਮਲ ਪਲਾਂਟ ਦੇ ਐਗਰੀਮੈਂਟ ਹੈ, ਜੇ ਇਹਦੀਆਂ ਤੁਸੀਂ ਪੈਨਲਟੀਜ਼ ਐਂਡ ਰਾਈਟਸ ਦੇਖੋ ਤੇ ਇਸ ਤਰ੍ਹਾਂ ਦੇ ਐਗਰੀਮੈਂਟ ਹੋਏ ਨੇ ਇਹ ਕਿ ਜੇ
ਉਹ ਇੱਕ ਵੀ ਯੂਨਿਟ ਨਾ ਖਰੀਦਣ ਤਾਂ ਵੀ ਸਰਕਾਰ ਨੂੰ ਦੇਣਾ ਪਏਗਾ, ਜੇ ਉਹਨਾਂ ਦੀ ਅਪਗ੍ਰੇਡੇਸ਼ਨ ਹੋਵੇ ਉਹਨਾਂ ਪਲਾਂਟਸ ਦੀ ਤਾਂ ਵੀ ਸਰਕਾਰ ਨੂੰ ਲੋਕਾਂ ਦੀ ਜੇਬਾਂ ਦੇ ਵਿੱਚੋਂ ਕੱਢ ਕੇ ਦੇਣਗੇ। ਜੇ ਉਹਨਾਂ ਨੂੰ ਪ੍ਰਾਈਵੇਟ ਥਰਮਲ ਪਲਾਂਟਸ ਨੂੰ ਪਿੱਛੋਂ ਰੋ ਮਟੀਰੀਅਲ ਕੋਲ ਹੈ ਜਿਹੜਾ ਉਹ ਪ੍ਰੋਪਰਲੀ ਨਹੀਂ ਮਿਲਦਾ ਤਾਂ ਵੀ ਲੋਕਾਂ ਦੀ ਜੇਬਾਂ ਦੇ ਉੱਪਰ ਬੋਝ ਪਾਇਆ ਜਾਏਗਾ। ਸੋ ਇਹ ਨਿਰੀ ਲੁੱਟ ਹੈ ਜਿਹੜੀ ਉਹ ਚੱਲ ਰਹੀ ਹੈ। ਅਸੀਂ ਕੈਪਟਨ ਅਮਰਿੰਦਰ ਸਿੰਘ ਹੋਣਾ ਨੇ ਇਲੈਕਸ਼ਨਾਂ ਤੋਂ ਪਹਿਲਾਂ ਵਾਅਦੇ ਕੀਤੇ ਸੀਗੇ, ਪਰ ਹੁਣ ਮੁੱਕਰ ਕੇ ਲੱਗਦੇ ਨੇ। ਇਸ ਤਰ੍ਹਾਂ ਮਹਿਸੂਸ ਹੁੰਦਾ ਕਿ ਜਿਹੜੇ ਹਿੱਸੇ ਪੱਤੀਆਂ ਹਿੱਸੇਦਾਰੀਆਂ ਸੁਖਬੀਰ ਬਾਦਲ ਹੋਣਾ ਨੇ ਪਿਛਲੀ ਸਰਕਾਰ ਦੇ ਲੋਕਾਂ ਦੀਆਂ ਸੀਗੀਆਂ, ਸ਼ਾਇਦ ਇਹ ਹਿੱਸੇਦਾਰੀਆਂ ਹੁਣ ਮੌਜੂਦਾ ਸਰਕਾਰ ਦੀਆਂ ਪੈ ਗਈਆਂ। ਤੇ ਇਹ ਦੋ ਪਾਵਰਫੁਲ ਬੰਦੇ ਨੇ ਜਿਹੜੇ ਪੰਜਾਬ ਦੇ, ਕੈਪਟਨ ਅਮਰਿੰਦਰ ਸਿੰਘ ਔਰ ਨਵਜੋਤ ਸਿੰਘ ਸਿੱਧੂ, ਇਹ ਆਪਦੀ ਪਾਵਰ ਸਟਰਗਲ ਦੇ ਵਿੱਚ ਲੋਕਾਂ ਦੀ ਲੁੱਟ ਹੋ ਰਹੀ ਹੈ। ਲੋਕ ਤਰਾਈ ਤਰਾਈ ਕਰ ਰਹੇ ਨੇ, ਆਮ ਛੋਟੇ ਛੋਟੇ ਘਰਾਂ ਦੇ ਜਿਹੜੇ ਡੋਮੈਸਟਿਕ ਬਿੱਲ ਨੇ, ਘਰੇਲੂ ਬਿੱਲ ਨੇ, ਉਹ 8-8, 10-10 ਹਜ਼ਾਰ ਆਉਂਦੇ ਨੇ। ਮੈਂ ਸਮਝਦਾ ਕਿ ਪੰਜਾਬ ਦੇ ਨਾਲ ਬਹੁਤ ਵੱਡਾ ਧੋਖਾ ਹੋ ਰਿਹਾ ਹੈ। ਅਸੀਂ ਇਹਦੇ ਲਈ ਲੰਮੇ ਸਮੇਂ ਤੋਂ ਸੰਘਰਸ਼ ਹੈ ਜਿਹੜਾ ਉਹ ਵਿੱਢਿਆ ਹੋਇਆ, ਆਉਣ ਵਾਲੇ ਸਮੇਂ ਦੇ ਵਿੱਚ ਸੰਘਰਸ਼ ਹੋਰ ਤੇਜ਼ ਹੋਏਗਾ। ਔਰ ਜਦੋਂ ਤੱਕ ਸਰਕਾਰ ਨੂੰ ਅਸੀਂ ਮਜਬੂਰ ਨਹੀਂ ਕਰ ਦਿੰਦੇ ਹੈਗੇ, ਗੋਡੇ ਭਾਰ ਨਹੀਂ ਕਰ ਦਿੰਦੇ ਹੈਗੇ ਕਿ ਉਹ ਇਹਨਾਂ ਜਿਹੜੇ ਪ੍ਰਾਈਵੇਟ ਥਰਮਲ ਪਾਵਰ ਪਲਾਂਟਾਂ ਦੇ ਨਾਲ ਸਮਝੌਤੇ ਹੋਏ ਨੇ ਉਹਨਾਂ ਨੂੰ ਰਿਵਿਊ ਕਰਨ ਤੇ ਵਾਪਸ ਲੈਣ, ਉਦੋਂ ਤੱਕ ਇਹ ਸੰਘਰਸ਼ ਹੈ ਜਿਹੜਾ ਉਹ ਅਸੀਂ ਚੱਲਦਾ ਰਹੇਗਾ। ਰਾਣਾ ਗੁਰਜੀਤ ਨੇ ਖੁਦ ਆਪ ਇਸ ਵਿਧਾਨ ਸਭਾ ਸੈਸ਼ਨ ਦੇ ਵਿੱਚ ਕਿਹਾ ਸੀ ਕਿ ਜੋ ਆਮ ਆਦਮੀ ਪਾਰਟੀ ਕਹਿ ਰਹੀ ਹੈ 62,000 ਕਰੋੜ ਹੈ ਜਿਹੜਾ ਉਹ ਇਹਨਾਂ ਤਿੰਨ ਪ੍ਰਾਈਵੇਟ ਥਰਮਲ ਪਲਾਂਟਾਂ ਨੂੰ ਦੇਣਾ ਪਏਗਾ। ਸੋ ਇਹ ਲੁੱਟ ਹੈ ਪੰਜਾਬ ਦੇ ਲੋਕਾਂ ਦੀ ਚੱਲ ਰਹੀ ਹੈ, ਤੇ ਅਸੀਂ ਸੰਘਰਸ਼ ਨੂੰ ਹੋਰ ਤੇਜ਼ ਕਰਾਂਗੇ, ਸਰਕਾਰ ਨੂੰ ਮਜਬੂਰ ਕਰਾਂਗੇ ਕਿ ਸਸਤੀ ਬਿਜਲੀ ਹੈ ਜਿਹੜੀ ਉਹ ਪੰਜਾਬ ਦੇ ਲੋਕਾਂ ਨੂੰ ਦਿੱਤੀ ਜਾਵੇ।